ਪੁਰਾਣਾ ਰਿਕਾਰਡ ਆਪਾਂ ਨੇ ਠੀਕ ਕਰਵਾਉਣਾ ਹੋਵੇ, ਹਾਂਜੀ, ਤਾਂ ਉਹਦੀ ਜਿਹੜਾ ਆਪਾਂ ਬੇਨਤੀ ਪੱਤਰ ਆ ਉਹ ਕਿੱਥੇ ਦੇ ਸਕਦੇ ਹਾਂ? ਪੁਰਾਣਾ ਰਿਕਾਰਡ ਤਾਂ ਜਾਣੀ ਕਿ ਜਿਹੜੀ ਕੋਈ ਪੁਰਾਣੀ ਕੋਈ ਗਲਤੀ ਹੋਈ ਹੋਈ ਹੈ ਨਾ ਜੀ, ਉਹ ਹਾਲੀਆ ਰਿਕਾਰਡ 'ਚ ਹੀ ਐਂਟਰੀ ਹੋਊਗੀ। ਠੀਕ ਆ, ਉਹ 'ਚ ਵੇਰਵਾ ਦਿੱਤਾ ਜਾਊਗਾ, ਫਰਦ ਬਦਰ ਬਣਦੀ ਹੈ ਵੀ ਫਲਾਣੀ ਜਮਨ ਦੀ 'ਚ ਇਹ ਗਲਤੀ ਸੀ। ਠੀਕ ਆ, ਫਲਾਣੀ ਜਮਨ ਦੀ ਉਦੋਂ ਪਹਿਲਾਂ ਇਹ ਠੀਕ ਚੱਲੇ ਆ ਰਹੀ ਸੀ ਵੀ ਹੁਣ ਜਾਣੀ ਕਿ ਹਾਲੀਆ ਜਮਨ ਦੀ 'ਚ ਆਹ ਰਿਕਾਰਡ ਨੂੰ ਆਹ ਸਮਝਿਆ ਜਾਵੇ, ਉਹ ਅੰਦਰਾਜ਼ ਆ ਜਿਹੜਾ ਜਾਣੀ ਕਿ ਉਹ ਹੁਣ ਹਾਲੀਆ ਰਿਕਾਰਡ 'ਚ ਆਉਂਦਾ, ਪੁਰਾਣੇ ਰਿਕਾਰਡ 'ਚ ਕੋਈ ਐਂਟਰੀ ਉਦੋਂ ਬਾਅਦ ਚੇਂਜ ਨਹੀਂ ਹੋ ਸਕਦੀ। ਠੀਕ ਆ ਜੀ, ਹਾਂਜੀ। ਅਤੇ ਇੱਕ ਕਿਸੇ ਬਾਈ ਦਾ ਹੋਰ ਸਵਾਲ ਸੀ, ਵੈਸੇ ਚਲੋ ਕਈਆਂ ਨੇ ਉਹਦੇ ਉੱਪਰ ਜਵਾਬ ਸਵਾਲ ਵੀ ਕਰੇ ਕਮੈਂਟਾਂ ਦੇ ਵਿੱਚ। ਹਾਂਜੀ, ਆਪਾਂ ਕਿਸੇ ਨੂੰ ਜ਼ਮੀਨ ਠੇਕੇ 'ਤੇ ਦੇ ਦਾਂਗੇ, ਹਾਂਜੀ, ਕਹਿੰਦੇ ਜੇ ਬੰਦੇ ਨੂੰ ਲੌਂਗ ਟਾਈਮ ਲਈ ਠੇਕੇ 'ਤੇ ਦੇ ਦੀ, ਜਿਵੇਂ ਆਪਾਂ ਦੁਕਾਨਾਂ ਕਿਰਾਏ 'ਤੇ ਦੇ ਦਿੰਦੇ ਹਾਂ, ਹਾਂਜੀ, ਕਹਿੰਦੇ ਜੇ ਬੰਦਾ 15-20 ਸਾਲ ਬਾਈ ਜੀ ਉੱਥੇ ਮਾਲਕ ਸਮਝਣ ਲੱਗ ਜਾਂਦੇ ਨੇ ਆਪਣੇ ਆਪ ਨੂੰ, ਠੀਕ ਹੈ ਜੀ, ਵੀ ਇੱਦਾਂ ਦਾ ਕੋਈ ਜ਼ਮੀਨ ਵੀ ਠੇਕੇ ਵਾਲੀ ਜ਼ਮੀਨ ਦਾ ਵੀ ਕੋਈ ਨਹੀਂ? ਇਹ ਹੁਣ ਨਹੀਂ ਹੈਗਾ ਜੀ, ਪਹਿਲਾਂ ਇਹ ਹੁੰਦਾ ਸੀ, ਪਹਿਲਾਂ ਮਜਾਰੇ ਹੁੰਦੇ ਸੀ। ਅੱਛਾ, ਜ਼ਮੀਨਾਂ ਹੁੰਦੇ ਸੀ ਲੋਕਾਂ ਦੇ, ਸਰਦਾਰਾਂ ਦੀਆਂ ਮਾਲਕੀਆਂ ਹੁੰਦੀਆਂ ਸੀ, ਹਾਂਜੀ, ਉਹਨਾਂ ਦੇ ਮਜਾਰੇ ਹੁੰਦੇ ਸੀ। ਠੀਕ ਹੈ, ਮਜਾਰਿਆਂ ਨੂੰ ਇਹ ਗੁਰਦੁਆਰੀਆਂ ਹੁੰਦੀਆਂ ਸੀ ਵੀ ਬਟਾਈ ਦਿੰਦੇ ਨੇ ਜਾਂ ਠੇਕਾ ਦਿੰਦੇ ਨੇ, ਉਹਦੇ ਬੇਸ 'ਤੇ ਹੁੰਦੀਆਂ ਸੀ, ਜਾਂ ਜਾਣੀ ਕਿ ਨਜਾਇਜ਼ ਕਬਜ਼ ਹੁੰਦੇ ਸੀ ਉਹਦੇ ਹਿਸਾਬ ਨਾਲ ਪਹਿਲਾਂ ਗੁਰਦੁਆਰੀਆਂ ਹੁੰਦੀਆਂ ਸੀ। ਠੀਕ ਆ, ਹੁਣ ਤਕਰੀਬਨ ਇਹ ਚੀਜ਼ 'ਚ ਹੈ ਨਹੀਂ ਜੀ, ਪਹਿਲਾਂ ਹੁੰਦੀਆਂ ਸੀ ਪੁਰਾਣੇ ਟਾਈਮਾਂ 'ਚ। ਅੱਛਾ ਜੀ, ਇੱਕ ਤੁਸੀਂ ਗਰਦਾਵਰੀ ਸ਼ਬਦ ਵਰਤਿਆ, ਹਾਂਜੀ ਹਾਂਜੀ, ਮਤਲਬ ਅਸਲ 'ਚ ਉਹਦਾ ਮਤਲਬ ਕੀ ਹੁੰਦਾ ਜੀ? ਗਰਦਾਵਰੀ ਹੈ ਜਿਹੜੀ ਜਾਣੀ ਕਿ ਕਾਸ਼ਤਕਾਰ ਹੈ, ਜਿਹੜਾ ਬੰਦਾ ਜ਼ਮੀਨ ਨੂੰ ਕਾਸ਼ਤਕਾਰ ਹੈ, ਵਾਹ ਰਿਹਾ ਹੈ ਜੀ। ਅੱਛਾ, ਉਸ ਦੇ ਨਾਂ ਜਿਹੜੀ ਗਰਦਾਵਰੀ ਹੁੰਦੀ ਹੈ ਜੀ, ਉਹ ਕਾਸ਼ਤਕਾਰ ਦੇ ਨਾਂ ਗਰਦਾਵਰੀ ਹੁੰਦਾ, ਉਹਨੂੰ ਗਰਦਾਵਰੀ ਕਿਹਾ। ਇੱਕ ਥੋੜ੍ਹਾ ਜਿਹਾ ਉਰੇ ਸਮਝਾ ਸਕਦੇ ਜਿਵੇਂ ਆਹ ਕਾਸ਼ਤਕਾਰ ਆ ਗਿਆ? ਹਾਂਜੀ ਹਾਂਜੀ ਹਾਂਜੀ, ਇੱਥੇ ਲਿਖੀਆਂ ਹੋਈਆਂ ਨੇ ਕਰਮਾਂ ਲਿਖੀਆਂ ਹੋਈਆਂ ਨੇ ਜੀ। ਅੱਛਾ, ਇਹ 37 ਵੀ 19 ਨੰਬਰ ਦੀ ਜਿਹੜੀ, ਇੱਧਰ ਨੂੰ ਇਹ 37 ਨੇ, ਹਾਂਜੀ, ਇਸ ਪਾਸੇ ਨੂੰ, ਹਾਂਜੀ, ਇੱਧਰ ਨੂੰ ਇਹ 23 ਨੇ, 23 ਨੇ, ਇਹ ਕਰਮਾਂ ਲਿਖੀਆਂ ਨੇ। ਇੱਕ ਕਰਮਾਂ ਜਿਹੜੀ ਕਨਾਲ ਮਰਲਿਆਂ ਦੀ, ਉਹ 66 ਇੰਚ ਦੀ ਹੁੰਦੀ ਆ। ਠੀਕ ਆ ਬਾਈ, ਇੱਕ ਕਰਮ, ਠੀਕ ਆ, 5.5 ਫੁੱਟ ਦੀ। ਤਾਂ ਬਾਈ ਜਿਵੇਂ ਆਪਾਂ ਇੱਥੇ 25 ਦੀ ਗੱਲ ਕਰ ਰਹੇ ਸੀ ਨਾ ਆਹ ਨੰਬਰਾਂ ਦੀ, ਹਾਂਜੀ, ਤੇ ਇਹੀ ਨੰਬਰ ਇੱਥੇ ਆ ਲਿਖਿਆ ਹੋਇਆ 25, ਆਪਾਂ ਬਟਾ ਪਾ ਦਈਏ 13, 25 ਮਸਤੀਲ ਦਾ 13 ਨੰਬਰ ਆ ਗਿਆ ਜੀ। ਇਹ ਕਿਲਾ ਨੰਬਰ ਹੋ ਗਿਆ ਵੀਰੇ? ਇਹ ਮਸਤੀਲ ਆ, ਇਹ ਕਿਲਾ ਨੰਬਰ 13 ਹੋ ਗਿਆ ਜੀ। ਅੱਛਾ, ਕਿਲਾ ਨੰਬਰ 13 ਹੋ ਗਿਆ। ਇੱਕ ਮਸਤੀਲ ਦੇ ਵਿੱਚ 25 ਕਿਲੇ ਹੁੰਦੇ ਨੇ, ਹਾਂ, ਠੀਕ, ਮਤਲਬ ਕਿ 25 ਕਿਲਿਆਂ ਦਾ ਇੱਕ ਮੁਰੱਬਾ ਹੋ ਜਾਂਦਾ, ਮੁਰੱਬਾ ਕਹਿ ਲਓ, ਮਸਤੀਲ ਕਹਿ ਲਓ, ਉਹਨੂੰ ਇੱਕੋ ਚੀਜ਼ ਹੁੰਦੀ ਹੈ। ਠੀਕ ਆ ਬਾਈ, ਹਾਂਜੀ। ਤੇ ਦੋਸਤੋ ਇਹ ਕਿਸੇ ਬਾਈ ਨੇ ਕਮੈਂਟ ਕਰਿਆ ਸੀ, ਇਹ ਤੁਸੀਂ ਤੁਹਾਨੂੰ ਬਾਈ ਨੇ ਵਿਦ ਪ੍ਰੂਫ ਇਹ ਲਿਖਿਆ ਤਾਂ ਇੱਥੋਂ ਆਪਾਂ ਇਹਦਾ ਸਾਈਜ਼ ਵੀ ਲਿਖਿਆ ਹੁੰਦਾ ਨਕਸ਼ੇ 'ਤੇ ਵੀ ਕਿਹੜੇ ਪਾਸੇ ਨੂੰ ਵੱਧ ਕਰਮਾਂ ਨੇ, ਕਿੱਧਰ ਕਿਹੜੇ ਪਾਸੇ ਨੂੰ ਕਰਨੀਆਂ ਨੇ, ਉਹ ਆਪਾਂ ਨੂੰ ਇੱਥੋਂ ਪਤਾ ਲੱਗਦਾ। ਠੀਕ, ਅੱਛਾ ਜੀ, ਹਾਂ, ਉਹ ਜੋੜ ਪਹਿਲਾਂ ਦੇਖਣਾ ਪੈਂਦਾ ਹਿੱਸਾ ਕੱਢਣ ਵਾਸਤੇ, ਜਿਵੇਂ ਲਾਸਟ 'ਤੇ ਆਪਣਾ ਇਹਦਾ ਹਿੱਸਾ ਮਿਜਾਨ ਹੁੰਦਾ, ਹਾਂਜੀ, ਮਿਜਾਨ ਦਾ ਮਤਲਬ ਹੁੰਦਾ ਜੋੜ। ਠੀਕ ਹੈ ਜੀ, ਇਹਦਾ ਮਤਲਬ ਜੋੜਾ ਕਿਤੇ ਨੇ ਇਹਦੇ 35 ਤੇ ਰਕਬਾ ਹੈਗਾ 161 ਕਨਾਲ 7 ਮਰਲੇ। ਠੀਕ ਬਾਈ, ਟੋਟਲ, ਹਾਂ ਹਾਂ ਹਾਂ, ਇਹਦੇ ਵਿੱਚੋਂ ਆਪਾਂ ਹਿੱਸਾ ਕੱਢਾਂਗੇ ਵੀ ਮਾਲਕੀ ਕਿੰਨੀ ਆ। ਠੀਕ ਆ, ਤੇ ਇਹ ਟੋਟਲ ਹੋ ਗਿਆ, ਇਹ ਆ ਗਿਆ 160 ਕਨਾਲ 18 ਮਰਲੇ ਆ ਗਿਆ, ਇਹ ਮਜਰੂਆ, ਮਜਰੂਆ ਆ ਗਿਆ ਵੀ ਵਾਹੀ ਯੋਗ ਹੈ ਇੰਨਾ। ਠੀਕ ਆ ਜੀ, ਇਹ ਵਾਹੀ ਯੋਗ ਨੂੰ ਕਹਿੰਦੇ ਨੇ। ਗੈਰ ਵਾਹੀ ਯੋਗ ਆ ਜਿਹੜਾ ਉਹ ਹੈਗਾ ਇਹਦੇ ਵਿੱਚ ਗੈਰ ਮਜਰੂਆ 0 ਕਨਾਲ 9 ਮਰਲੇ। ਠੀਕ ਆ, ਠੀਕ ਆ ਜੀ, ਟੋਟਲ 161 ਕਨਾਲ 7 ਮਰਲੇ ਆ। ਹੁਣ ਆਪਾਂ ਇਹਦੇ ਵਿੱਚੋਂ ਮਾਲਕੀ ਦੇ ਹਿੱਸੇ ਕੱਢਾਂਗੇ। ਠੀਕ ਆ ਬਾਈ, ਠੀਕ ਆ। ਅਤੇ ਬਾਈ ਜਿਵੇਂ ਜਿਹੜੇ ਔਖੇ ਜਿਹੇ ਸ਼ਬਦ ਆਉਂਦੇ ਨੇ ਉਹਨਾਂ ਨੂੰ ਬੜੇ ਚੰਗੀ ਤਰ੍ਹਾਂ ਸਮਝਾਈਏ, ਜਿਵੇਂ ਗੈਰ ਉਹ ਕਹਿ ਰਹੀ ਸੀ ਤੁਸੀਂ, ਹਾਂ, ਉਹ ਸ਼ਬਦ ਆਉਣਗੇ ਜਿੱਥੇ ਇੱਥੇ ਆਪਾਂ ਉਹ ਵੀ ਦੱਸੀ ਚੱਲਾਂਗੇ। ਜਿਵੇਂ ਹੁਣ ਆਪਾਂ ਇਹ ਨਾਮ ਕੋਈ ਵੀ ਮੰਨ ਲਓ ਵੀ ਫਲਾਣਾ ਸਿੰਘ ਦਾ ਹਿੱਸਾ ਹੈਗਾ 129/3227। ਠੀਕ ਆ, ਹੁਣ ਜਦੋਂ ਆਪਾਂ ਹਿੱਸਾ ਕੱਢਣਾ, ਟੋਟਲ ਹੈਗੀ ਆਪਣੇ ਕੋਲ 161 ਕਨਾਲ 7 ਮਰਲੇ ਜ਼ਮੀਨ। ਠੀਕ ਹੈ ਜੀ, ਠੀਕ ਹੈ ਜੀ, 161 ਦੇ ਜਦੋਂ ਆਪਾਂ ਇਹਦੇ ਪਹਿਲਾਂ, ਸਭ ਤੋਂ ਪਹਿਲਾਂ ਆਪਾਂ ਨੂੰ ਮਰਲੇ ਬਣਾਉਣੇ ਪੈਣੇ ਨੇ, ਇਹਨੂੰ 161 ਨੂੰ 20 ਨਾਲ ਜਦੋਂ ਆਪਾਂ ਗੁਣਾ ਕਰਾਂਗੇ ਤਾਂ 3220 ਆ ਗਿਆ। ਉੱਪਰਲੇ ਜਿਹੜੇ 7 ਨੇ ਇਹ ਮਰਲੇ ਦੇ ਵਿੱਚ ਜੋੜ ਲਏ। ਠੀਕ ਹੈ, ਹੁਣ ਆਪਣੇ ਕੋਲ ਟੋਟਲ ਆ ਗਏ 3227 ਮਰਲੇ। ਹੁਣ 3227 ਨੂੰ ਜਿਹੜਾ ਹਿੱਸਾ ਆਪਣਾ 100 ਰਹਿਣ ਬਾਈ ਜੀ, ਜਿਵੇਂ ਆਪਾਂ ਰਹਿਣ ਨਹੀਂ ਕਰਦੇ ਗਹਿਣੇ, ਜ਼ਮੀਨ ਜਿਹੜੀ ਗਹਿਣੇ ਕਰਦੇ ਆ ਕਬਜ਼ੇ ਸਮੇਤ, ਹਾਂਜੀ, ਉਹਨੂੰ ਰਹਿਣ ਕਹਿੰਦੇ ਆ। ਬਿਲਾ ਦਾ ਮਤਲਬ ਹੁੰਦਾ ਬਿਨਾਂ, ਵਿਦਆਊਟ, ਅੱਛਾ ਜੀ, ਵੀ ਜਿਹੜੇ ਜਿੰਨਾ ਹਿੱਸਾ ਬੰਦੇ ਨੇ ਗਹਿਣੇ ਕਰਤਾ ਉਹ ਰਹਿਣ ਹੋਜੂ,
ਜਿਹੜਾ ਉਹ ਤੋਂ ਇਲਾਵਾ ਬਕਾਇਆ ਰਹਿ ਗਿਆ ਉਹ ਬਿਲਾ ਰਹਿਣਾ, ਜਿਵੇਂ ਸਪੋਜ਼ ਕਰ ਲਓ ਵੀ 1/2 ਹਿੱਸਾ ਰਹਿਣ, ਉਹ ਤਾਂ ਹੋ ਗਿਆ ਗਹਿਣੇ, ਜਿਹੜਾ ਬਾਕੀ ਦਾ 1/2 ਰਹਿ ਗਿਆ ਉਹ ਲਿਖਿਆ ਜਾਊਗਾ ਬਿਲਾ ਰਹਿਣ, 1/2 ਹਿੱਸਾ ਬਿਲਾ ਰਹਿਣ। ਠੀਕ ਹੈ, ਬਿਲਾ ਰਹਿਣ ਦਾ ਮਤਲਬ ਵਿਦਆਊਟ ਹੁੰਦਾ ਵੀ ਇਹ ਗਹਿਣੇ ਤੋਂ ਬਿਨਾਂ ਰਹਿ ਗਈ ਬਕਾਇਆ। ਵਿਸ਼ੇਸ਼ ਕਥਨ ਹੁੰਦਾ 8 ਖਾਨੇ ਦੇ ਵਿੱਚ ਜਿੰਨੇ ਵੀ ਲੋਨ ਲਏ ਜਾਂਦੇ ਨੇ, ਕੋਈ ਵੀ ਬੰਦਾ ਲੋਨ ਲੈਂਦਾ ਉਹ ਲੋਨ ਭਰ ਦਿੰਦਾ, ਬਾਅਦ 'ਚ ਫੱਕ ਹੁੰਦਾ ਉਹਦੇ ਸਾਰੇ ਨੋਟ ਨੇੜੇ। ਠੀਕ ਆ, ਪਹਿਲਾਂ ਤਾਂ ਲਾਲ ਸਿਆਹੀ ਨਾਲ ਹੁੰਦੇ ਨੇ, ਜਦੋਂ 5 ਤੋਂ ਵੱਧ ਪੁਰਾਣਾ ਹੋ ਜਾਂਦਾ ਫਿਰ ਉਹ ਕਾਲੀ ਸਿਆਹੀ ਨਾਲ ਅਗਲੀ ਜਮ੍ਹਾਂਬੰਦੀ 'ਚ ਕਾਲੀ ਸਿਆਹੀ ਨਾਲ ਚਲਿਆ ਜਾਂਦਾ। ਠੀਕ ਆ, ਜੇ ਕੋਈ ਜ਼ਮੀਨ ਖਰੀਦਦਾ ਕੋਈ ਇੰਤਕਾਲ ਦਾ ਨੋਟ ਆਉਂਦਾ ਉਹ ਵੀ ਇੱਥੇ ਹੀ ਨੋਟ ਦਿੱਤਾ ਜਾਂਦਾ। ਬੈਂਕ ਤੋਂ ਲਿਮਿਟ ਵਗੈਰਾ ਕਰਾਉਂਦੇ ਆ ਜ਼ਮੀਨ 'ਤੇ ਆਪਦੀ 'ਤੇ ਜਾਂ ਪ੍ਰੋਪਰਟੀ 'ਤੇ ਲੋਨ ਲੈਂਦੇ ਆ, ਚਾਹੇ ਉਹ ਉੱਥੇ ਆਰਡਰ ਰਹਿਣ ਲਿਖਿਆ ਜਾਂਦਾ, ਜਿਹੜਾ ਉਹ ਲੋਨ ਦਾ ਨੋਟ ਹੁੰਦਾ ਵੀ ਆਪਾਂ ਲਿਮਿਟ ਜਾਂ ਲੋਨ ਕਿੰਨਾ ਲਿਆ, ਕਿਹੜੀ ਬੈਂਕ ਕੋਲ ਲਿਆ। ਵੀ ਆਰਡਰ ਰਹਿਣ ਦਾ ਮਤਲਬ ਹੁੰਦਾ ਵੀ ਆਪਾਂ ਗਹਿਣੇ ਕਰਤੀ ਪਰ ਕਬਜ਼ਾ ਆਪਣੇ ਕੋਲ ਹੀ ਆ, ਕਬਜ਼ਾ ਨਹੀਂ ਦਿੱਤਾ। ਆਰਡਰ ਰਹਿਣ ਦਾ ਮਤਲਬ ਤਾਂ ਇਹ ਹੁੰਦਾ, ਇਹ ਹੋ ਗਿਆ ਮਤਲਬ। ਉਹ ਜਦੋਂ ਆਪਾਂ ਕੋਈ ਲੋਨ ਲਿਮਿਟ ਕਰਾ ਲੈਂਦਾ, ਖਾਨਾ ਨੰਬਰ 8 ਆ ਜਿਹੜਾ ਜਮ੍ਹਾਂਬੰਦੀ ਦਾ, ਉਹਦੇ ਵਿੱਚ ਇਹ ਨੋਟ ਚੜ੍ਹਦਾ ਹੁੰਦਾ। ਠੀਕ ਆ, ਪਹਿਲਾਂ ਚੜ੍ਹਦਾ ਇਹ ਲਾਲ ਅੱਖਰਾਂ ਨਾਲ। ਠੀਕ ਆ, ਜਦੋਂ ਇਹ 5 ਤੋਂ ਪੁਰਾਣਾ ਹੋ ਜਾਂਦਾ ਫਿਰ ਇਹ ਅਗਲੀ ਜਮ੍ਹਾਂਬੰਦੀ 4 ਬਦਲ ਜਾਂਦਾ, ਫਿਰ ਇਹ ਕਾਲੇ ਅੱਖਰਾਂ 'ਚ ਆ ਜਾਂਦਾ। ਬਾਈ, ਆਪਾਂ ਨੂੰ ਕਿਸੇ ਨੇ ਵੀਰ ਨੇ ਕਮੈਂਟ ਕਰੇ ਦੀ ਵੀਡੀਓ 'ਚ, ਉਹ ਆਹ ਸ਼ਬਦ ਬਾਰੇ ਗੱਲ ਕਰ ਰਹੇ ਸੀ ਵੀ ਮੁਸਤਰੀਆਨ ਸ਼ਬਦ ਕੀ ਹੁੰਦਾ। ਹਾਂ, ਇਹ ਬਾਈ ਜੀ ਜਿਹੜਾ ਨਾ ਖਾਨਾ ਕਾਸਤ 'ਚ ਕੋਈ ਨੰਬਰ ਮਖਸੂਸ ਨੰਬਰ ਖਰੀਦਦਾ, ਹਾਂਜੀ, ਇੱਕ ਤਾਂ ਮਾਲਕ ਹੀ ਇੱਧਰ ਆਉਂਦੀ ਆ, 3 ਨੰਬਰ 'ਚ ਤਾਂ ਮਾਲਕ ਹੀ ਆਉਂਦੇ ਜਦੋਂ ਆਪਾਂ ਹਿੱਸਾ ਖਰੀਦਦੇ ਹਾਂ। ਠੀਕ ਹੈ ਜੀ, ਇਹ ਮੁਸਤਰੀ ਮੁਸਤਰੀਆਨ ਉੱਥੇ ਲਿਖਿਆ ਜਾਂਦਾ ਜਦੋਂ ਕੋਈ ਬੰਦਾ ਮਖਸੂਸ ਨੰਬਰ, ਜਿਵੇਂ ਆਹ ਨੰਬਰ ਨੇ, ਆਹ 2 ਨੰਬਰ ਖਰੀਦੇ ਨੇ, ਜਿਵੇਂ ਤੁਸੀਂ ਮਾਲਕੀ ਦੀ ਗੱਲ ਆਹ ਉਹਦੀ ਕਰ ਰਹੇ ਹੋ ਨਾ। ਹਾਂ, ਮਾਲਕੀ ਤਾਂ ਇੱਥੇ ਤਾਂ ਮਾਲਕ ਬੰਦਾ ਉਦੋਂ ਆਉਂਦਾ ਜਦੋਂ ਉਹਨੇ ਕੁੱਲ ਖੇਪਟ 'ਚੋਂ ਹਿੱਸਾ ਖਰੀਦਿਆ ਹੁੰਦਾ, ਜਿਵੇਂ 161/7 ਮਰਲੇ ਦੀ ਖੇਪਟ ਹੈ। ਠੀਕ ਹੈ ਵੀ, ਜੇ ਉਹਦੇ ਵਿੱਚ ਹਿੱਸਾ ਖਰੀਦੂ ਫਿਰ ਤਾਂ 3 ਨੰਬਰ ਮਾਲਕ ਜਾਊ। ਠੀਕ ਆ, ਜਿਹੜਾ ਮਖਸੂਸ ਨੰਬਰ ਖਰੀਦੇ ਹੁੰਦੇ ਨੇ ਉਹ ਫਿਰ ਖਾਨਾ ਕਾਸਤ 'ਚ ਹੀ ਇੱਥੇ ਲਿਖਿਆ ਜਾਂਦਾ ਹੁੰਦਾ। ਠੀਕ, ਜਿਵੇਂ ਹੁਣ ਆਹ ਲਾ ਲਓ ਵੀ ਫਲਾਣਾ ਸਿੰਘ ਹਿੱਸੇਦਾਰ ਬਾਇਆ। ਹਾਂਜੀ, ਹੁਣ ਇਹ ਬੰਦਾ ਜਿਹੜਾ ਵੇਚਣ ਵਾਲਾ ਇਹਦਾ ਹਿੱਸਾ ਇੱਧਰੋਂ ਘੱਟ ਜੂ। ਜੀ ਹਾਂ, ਇਹ ਮੁਸਤਰੀਆਂ ਤਾਂ ਲਿਖਿਆ ਗਿਆ ਵੀ ਇਹ 1 ਮਾਲਕ ਆ ਗਏ ਇੱਥੇ। ਅੱਛਾ ਜੀ, ਇਹ ਖਰੀਦਦਾਰ ਨੇ। ਵੀਰ ਨੇ ਕਮੈਂਟ ਕਰਿਆ ਦੀ ਅਖਰਾਜ਼ਨਾਮਾ ਬਾਰੇ। ਇਹ ਬਾਜੀ ਇੰਤਕਾਲ ਹੁੰਦਾ ਅਖਰਾਜ਼ਨਾਮੇ ਦਾ ਉਦੋਂ ਜਦੋਂ ਜਿਵੇਂ ਆਪਣਾ ਕੋਈ ਮਾਲਕ ਜ਼ਮੀਨ ਦਾ ਮਾਲਕ ਹੁੰਦਾ, ਹਾਂਜੀ, ਉਹ ਮਾਲਕ ਗੁੰਮ ਹੋ ਜਾਵੇ। ਠੀਕ ਆ, ਆਹ ਇੱਥੇ ਬੰਦੇ ਮਾਲਕ ਨੇ, ਇਹਦੀ ਜੋ ਮਾਲਕੀ ਆ ਜ਼ਮੀਨ ਦੀ ਉਹ ਗੁੰਮ ਹੋ ਜਾਵੇ ਅਤੇ ਉਹਨੂੰ 7 ਹੋ ਜਾਣ। ਠੀਕ ਆ, ਉਹਦੀ FIR ਲਿਖਾਉਣ ਤੋਂ, ਜਦੋਂ ਬੰਦਾ ਆਪਣਾ ਕੋਈ ਗੁੰਮ ਹੋ ਜਾਂਦਾ ਘਰ ਦਾ ਜੀ ਕਿਸੇ ਦਾ, ਉਹਦੀ ਆਪਾਂ FIR ਲਿਖਾਉਂਦੇ ਆ। ਉਹ FIR ਤੋਂ ਬਾਅਦ ਜਦੋਂ 7 ਹੋ ਜਾਂਦੇ ਨੇ, ਉਦੋਂ ਬਾਅਦ ਉਹ ਬੰਦੇ ਨੂੰ ਡੈਡ ਕਲੀਅਰ ਕੀਤਾ ਜਾਂਦਾ। ਓਕੇ, ਉਹਦਾ ਇੰਤਕਾਲ ਕੀਤਾ ਜਾਂਦਾ, ਜਿਵੇਂ ਆਪਾਂ ਡੈਥ ਤੋਂ ਬਾਅਦ ਵਿਰਾਸਤ ਦਾ ਇੰਤਕਾਲ ਹੁੰਦੇ ਆ, ਉਹ ਇੰਤਕਾਲ ਨੂੰ ਅਖਰਾਜ਼ਨਾਮੇ ਦਾ ਇੰਤਕਾਲ ਕਹਿ ਦਿੰਦੇ ਆ। ਅੱਛਾ ਜੀ, ਉਹਦੀ ਮਾਤਾ ਦੀ ਵਿਰਾਸਤ ਨੂੰ। ਠੀਕ ਆ, ਹਾਂਜੀ, ਉਹ ਫਿਰ ਫਰਜ਼ 'ਚ ਲਿਖਿਆ ਵੀ ਆਉਂਦਾ। ਹਾਂ, ਜਿੱਥੇ ਇੰਤਕਾਲ ਵਿਰਾਸਤ ਲਿਖਿਆ ਜਾਂਦਾ ਉੱਥੇ ਅਖਰਾਜ਼ਨਾਮਾ ਲਿਖਿਆ ਜਾਂਦਾ।